ਤੁਸੀਂ ਕਰ ਦੀ ਛੋਟੀ ਮੋਟੀ ਸਿੱਟਣ ਵਾਲੀਆਂ ਚੀਜ਼ਾਂ ਤੋਂ ਇਹ ਸੋਹਣੀ ਜਿਹੀ ਘੁੰਮਦੀ ਗੁੜੀਆ ਬਣਾ ਸਕਦੇ ਹੋ। ਦੋ ਗੱਤੇ ਦੀਆਂ ਡਿਸਕਾਂ ਨੂੰ ਲਓ ਅਤੇ ਉਸ ਨੂੰ ਬੋਤਲ ਦੇ ਢੱਕਣ ਦੇ ਦੋਵੇਂ ਪਾਸੇ ਚਿਪਕਾ ਲਓ। ਇਸ ਤੋਂ ਤੁਸੀਂ ਦੋ ਪੁਲੀਆਂ ਬਣਾ ਲਓਗੇ। ਹੁਣ ਇੱਕ ਗੱਤੇ ਦੀ ਗੁੜੀਆ ਨੂੰ ਲੱਕੜੀ ਦੇ ਨਾਲ ਚਿਪਕਾ ਲਓ ਅਤੇ ਇੱਕ ਪਲਾਸਟਿਕ ਬੋਤਲ ਤੋਂ ਪ੍ਰੋਪੈਲਰ ਬਣਾ ਲਓ। ਉਸ ਦੇ ਪਰਾਂ ਨੂੰ ਪੱਖੇ ਦੇ ਪਰਾਂ ਵਾਂਗੂ ਮੋੜ ਲਓ। ਹੁਣ ਇੱਕ ਮੋਟੇ ਗੱਤੇ ਨੂੰ ਲਓ ਅਤੇ ਉਸ ਵਿੱਚ ਦੋ ਮੋਰੀਆਂ ਕਰੋ। ਉਸ ਵਿੱਚ ਪੈਨ ਦੇ ਖਾਲੀ ਸਿੱਕੇ ਨੂੰ ਪਾਓ ਜੋ ਕਿ ਬੇਰਿੰਗ ਦਾ ਕੰਮ ਕਰੋਗੇ। ਇੱਕ ਬੇਰਿੰਗ ਵਿੱਚ ਗੁੜੀਆ ਅਤੇ ਦੂਜੇ ਵਿੱਚ ਬੋਤਲ ਦਾ ਬਣਾਇਆ ਹੋਇਆ ਪੱਖਾ ਰੱਖੋ। ਹੁਣ ਦੋਨੇ ਡੰਡੀਆਂ ਨੂੰ ਢੱਕਣ ਵਾਲੀ ਪੁਲੀ ਦੇ ਨਾਲ ਚਿਪਕਾ ਲਓ। ਦੋਵੇਂ ਪੁਲੀਆਂ ਨੂੰ ਰਬਰ ਬੈਂਡ ਦੇ ਨਾਲ ਬੰਨ੍ਹ ਦਿਓ। ਮੋਟੇ ਗੱਤੇ ਨੂੰ ਚਾਰ ਡੰਡੀਆਂ ਉੱਤੇ ਖੜਾ ਕਰ ਲਓ। ਇਸ ਤਰ੍ਹਾਂ ਖਿਡੌਣਾ ਬਣ ਕੇ ਤਿਆਰ ਹੋ ਜਾਊਗਾ। ਹੁਣ ਇਸ ਨੂੰ ਪੱਖੇ ਥੱਲੇ ਲੈ ਕੇ ਜਾਓ। ਹਵਾ ਚੱਲਣ ਦੇ ਨਾਲ ਬੋਤਲ ਵਾਲਾ ਪੱਖਾ ਘੁੰਮਣਾ ਸ਼ੁਰੂ ਕਰੂਗਾ, ਜਿਸ ਨਾਲ ਗੁੜੀਆ ਵੀ ਘੁੰਮਣੀ ਸ਼ੁਰੂ ਕਰੂਗੀ। ਥੱਲੇ ਲਾਈ ਹੋਈ ਰਬਰ ਇੱਕ ਬੈਲਟ ਦਾ ਕੰਮ ਕਰੂਗੀ ਜੋ ਦੋਵੇਂ ਪੁਲੀਆਂ ਨੂੰ ਇੱਕ ਸਾਥ ਘੁਮਾਊਗੀ। ਬੱਚਿਆਂ ਨੂੰ ਇੱਕ ਡੋਣਾ ਬਹੁਤ ਪਸੰਦ ਆਊਗਾ।